जी आ आ साइज मिल जाएगा मजोला। मजोला हाँ ठीक ये है, 5 रुपए सेल का होंगे भाजी, सिर्फ 480। हाँ जी क्या सिर्फ बात है, सिर्फ 480 जो 100 पतंग 100 मिल रहे हैं पतंग। जी, वधिया क्वालिटी वधिया। क्या हाँ बात है जी जी, आ लो। ओहो भाजी पूरा ही निचोड़ता तुसी। हाँ जी तो कोई जी असि फर्क देख सकते जिन्हां नूं प्लेन पसंद है प्लेन ले सकते हैं, आ लो ते प्रिंटेड भी ने अलग अलग कलर दे विच। भाई भी वीडियो देख के आएगा, ओनू 1 जनवरी तक रेट यही लावा। लो जी होर होर जिन्ना प्यार दसो चाहिए, 1 जनवरी तक तुसी इसे रेट दे पतंग खरीद सकते हो। ਤਾਂ ਜੀ ਅਮਰ ਰਹੇ ਬਾਕੀ ਜੀ। ਇਹਦਾ ਰਹਿਣਾ ਬਾਈ ਨੇ, ਇਹਦਾ ਇਹਦਾ ਰੇਟ ਆ ਬਾਈ 700 ਰੁਪਏ 100। ਅੱਛਾ ਅੰਦਰ ਪੁਰਾਣਾ ਮਾਲ ਦੇ ਦਿੰਦੇ ਨੇ ਭਾਜੀ ਕੋ, ਤੁਸੀਂ ਇਸ ਚੀਜ਼ ਦੀ ਗਰੰਟੀ ਲੈ ਸਕਦੇ ਹੋ, ਸਾਰਾ ਮਾਲ ਹੀ ਨਵਾਂ ਆ, ਤੁਸੀਂ ਆਪ ਆ ਕੇ ਚੈੱਕ ਕਰ ਸਕਦੇ ਹੋ। ਬਹੁਤ ਹੀ 750, ਇਹਦਾ ਇਹ 750 ਸ਼ੁਰੂ ਤੋਂ ਲੈ ਕੇ ਐਂਡ ਬਹੁਤ ਹੀ ਤੱਕ ਘੱਟ ਰੇਂਜ ਦੇ ਵਿੱਚ ਦੇ ਰਹੇ ਹੋ ਭਾਈ ਸ਼ੁਰੂ ਤੁਸੀਂ, ਤੋਂ ਲੈ ਕੇ ਐਂਡ ਤੱਕ ਭਾਈ 750। ਭੂਤ ਆ ਗਿਆ, ਭੂਤੀਆ ਆ ਗਿਆ ਛੱਜ, ਹਾਂਜੀ ਠੀਕ ਹੈ ਛੱਜ ਆ ਗਿਆ ਭਾਈ, ਦਿਲ ਆ ਗਿਆ। ਕਿਆ ਦੇਖੋ ਬਾਤ ਹੈ, ਇਹਦੀ ਇਹ ਭਾਜੀ ਕਿਸ ਰੇਂਜ ਦੇ ਵਿੱਚ ਨੇ ਭਾਜੀ? ਜੀ ਆਈ ਹੇਟ ਯੂ ਵੀ ਆ ਗਿਆ ਨਾਲ ਹੀ, ਆਈ ਲਵ ਯੂ, ਜਿਹਨੂੰ ਆਈ ਲਵ ਯੂ ਕਹਿਣਾ ਲਵ ਯੂ ਕਹਿ ਦੋ, ਜਿਹਨੂੰ ਹੇਟ ਯੂ ਕਹਿਣਾ ਹੇਟ ਯੂ ਕਹਿ ਦੋ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਨਿਊਜ਼ ਚੈਨਲ ਤੇ ਫੇਰ ਇੱਕ ਵਾਰ ਸਵਾਗਤ ਹੈ, ਮੈਂ ਤੁਹਾਡਾ ਆਪਣਾ ਦੋਸਤ ਹੋਸਟਰੀ। ਸੋ ਅੱਜ ਅਸੀਂ ਆਏ ਜੀ ਅਮਿਤ ਕਾਈਟ ਸ਼ੌਪ ਰੇਸੀ ਗਰਾਊਂਡ ਦੇ ਬਿਲਕੁਲ ਕੋਲ। ਸੋ ਸੁਣਿਆ ਸੀ ਇਸ ਰੋਡ ਤੇ ਮਤਲਬ ਕਿ ਕਾਫੀ ਸਸਤੇ ਪਤੰਗ ਹੈ ਇਹਨਾਂ ਕੋਲ ਹੋਲਸੇਲ ਰੇਟ ਦੇ ਵਿੱਚ, ਬਾਕੀ ਅੰਦਰ ਜਾ ਕੇ ਦੇਖਦੇ ਆ ਭਾਜੀ ਕੋ ਕਿਹੜੇ ਕਿਹੜੇ ਪਤੰਗ ਨੇ ਕਿਸ ਕਿਸ ਰੇਂਜ ਦੇ ਨੇ, ਸੋ ਆ ਜਾਓ ਜੀ ਅੰਦਰ ਜਾ ਕੇ ਗੱਲ ਕਰਦੇ ਆ। ਸੋ ਲੋ ਜੀ ਹੁਣ ਅਸੀਂ ਅੰਦਰ ਆ ਗਏ ਸ਼ੌਪ ਦੇ, ਸਾਡੇ ਨਾਲ ਅਮਿਤ ਭਾਈ ਨੇ। ਭਾਜੀ ਕੀ ਹਾਲ ਹੈ ਜੀ? ਵਧੀਆ ਭਾਜੀ, ਤੁਸੀਂ ਦੱਸੋ? ਬਹੁਤ ਵਧੀਆ ਜੀ। ਸੋ ਭਾਜੀ ਆਪਣੇ ਕੋਲ ਸਟਾਰਟਿੰਗ ਰੇਂਜ ਕੀ ਹੈ ਪਤੰਗਾਂ ਦੀ? ਭਾਜੀ ਸਟਾਰਟਿੰਗ ਰੇਂਜ ਹੈਗੀ ਆਪਣੀ ਮਤਲਬ 270 ਰੁਪਏ ਤੋਂ। 270? ਹਾਂਜੀ 270 ਦੇ 100 ਪਤੰਗ। 100 ਪਤੰਗ ਹਾਂਜੀ ਭਾਜੀ, ਠੀਕ ਹੈ ਜੀ। ਉਸ ਤੋਂ ਬਾਅਦ ਭਾਜੀ ਹੌਲੀ ਹੌਲੀ ਰੇਟ ਵੱਧਦੇ ਜਾਂਦੇ ਆ, ਤੇ ਮਤਲਬ ਸਾਈਜ਼ ਤੁਹਾਨੂੰ ਮੈਂ ਦਿਖਾ ਦਿੰਦਾ ਭਾਜੀ। ਦਿਖਾ ਦਿਓ ਜੀ, ਸਾਈਜ਼ ਦਿਖਾ ਦਿਓ ਇੱਕ ਵਾਰੀ, ਆਹ ਦੇਖੋ ਭਾਜੀ, ਆਹ ਦੇਖੋ ਭਾਜੀ, ਆਹ 270 ਰੁਪਏ 100 ਹੈ। ਕੀ ਬਾਤ ਹੈ ਜੀ, 270 ਰੁਪਏ 100 ਭਾਜੀ, ਦੇਖੋ ਭਾਜੀ। ਸੋ ਲਓ ਜੀ 270 ਚ ਆਪਾਂ ਨੂੰ 100 ਪਤੰਗ ਮਿਲ ਰਹੇ ਨੇ, ਕਲਰਫੁੱਲ ਵੀ ਨੇ, ਕਲਰਸ ਅਲੱਗ ਅਲੱਗ ਨੇ ਅਸੀਂ ਦੇਖ ਸਕਦੇ ਹਾਂ। ਕੀ ਬਾਤ ਹੈ ਜੀ, ਬਹੁਤ ਹੀ ਵਧੀਆ, ਮਤਲਬ ਭਾਜੀ ਇਹ ਫਰੈਸ਼ ਹੁੰਦੇ ਆ? ਫਰੈਸ਼ ਭਾਜੀ ਆਪਣੇ ਕੋਲ, ਆਪਾਂ ਆਪਣੇ ਕੋਲ ਪੂਰਾ ਚੀਜ਼ ਫਰੈਸ਼ ਹੀ ਮਿਲੇਗੀ, ਪੂਰੀ ਫਰੈਸ਼ ਮਿਲੇਗੀ। ਉਸ ਤੋਂ ਬਾਅਦ ਭਾਜੀ ਆ ਸਾਈਜ਼ ਮਿਲ ਜਾਏਗਾ ਮਜੋਲਾ। ਮਜੋਲਾ ਹਾਂ, ਇਹ 5 ਰੁਪਏ ਸੇਲ ਦਾ ਹੁੰਦਾ ਭਾਜੀ, ਇਹਦਾ ਰੇਟ ਆ 370 ਰੁਪਏ। ਸੋ 370 ਚ 100 ਮਿਲ ਰਿਹਾ ਜੀ। ਆਪਾਂ ਇਹਦੀ ਕੁਆਲਿਟੀ ਦੀ ਗੱਲ ਕਰੀਏ, ਕੁਆਲਿਟੀ ਵੀ ਬਹੁਤ ਵਧੀਆ ਆ ਤੇ ਕਲਰਸ ਵੀ ਬਹੁਤ ਸੋਹਣੇ ਨੇ। ਉਸ ਤੋਂ ਬਾਅਦ ਭਾਜੀ ਕੀ ਬਾਤ ਹੈ, ਹੋਰ ਭਾਜੀ ਆ ਲੋ ਫਲੋਰੋਸੈਂਟ ਕਲਰ ਹੈ ਭਾਜੀ, ਫਲੋਰੋਸੈਂਟ, ਕੀ ਬਾਤ ਹੈ ਜੀ, ਆ ਲੋ। ਓਹ ਭਾਜੀ ਪੂਰਾ ਹੀ ਨਿਚੋੜਤਾ ਤੁਸੀਂ? ਹਾਂਜੀ। ਸੋ ਲੋ ਜੀ ਭਾਈ ਨੇ ਪੂਰਾ ਹੀ ਨਿਚੋੜ ਕੇ ਦਿਖਾਤਾ, ਮਤਲਬ ਕਿ ਕਲਰ ਦੇਖੋ ਬਾਈ, ਆ ਲੋ ਕਲਰ ਦਿਖਾ ਦੋ ਬਾਈ, ਕਲਰ ਦਿਖਾ ਦੋ ਜੀ, ਕਲਰ ਫਲੋਰੋਸੈਂਟ ਕਲਰ ਆ ਭਾਜੀ, ਆ ਦੇਖੋ, ਆ ਦੇਖੋ ਕੀ ਬਾਤ ਹੈ ਜੀ, ਫਲੋਰੋਸੈਂਟ ਕਲਰ ਆ ਭਾਜੀ। ਉਸ ਤੋਂ ਬਾਅਦ ਭਾਜੀ ਆ ਲੋ, ਉਸ ਤੋਂ ਬਾਅਦ ਭਾਜੀ ਆ ਵੀ ਮਿਲ ਜਾਏਗਾ, ਇਹ ਵੀ ਫਲੋ ਬਟਰ ਪੇਪਰ ਆ, ਫਲੋਰੋਸੈਂਟ ਕਲਰ ਭਾਜੀ। ਸੋ ਲਓ ਜੀ ਬਟਰ ਪੇਪਰ ਦੇ ਵਿੱਚ ਇੱਕ ਹੋਰ ਫਲੋਰੋਸੈਂਟ, ਕੁਆਲਿਟੀ ਦੀ ਗੱਲ ਕਰੀਏ, ਕੁਆਲਿਟੀ ਵੀ ਬੈਸਟ ਕੁਆਲਿਟੀ ਦੇ ਨੇ ਦੇਖੋ ਭਾਜੀ ਸਾਰੇ, ਆ ਲੋ ਕੀ ਬਾਤ ਹੈ, ਇਹ ਵੀ ਆ ਦੇਖੋ, ਇਹ ਵੀ ਬਟਰ ਪੇਪਰ ਆ ਭਾਜੀ, ਭਾਜੀ ਨੇ ਪੂਰਾ ਨਿਚੋੜ ਕੇ ਦਿਖਾਤਾ, ਮਤਲਬ ਫਟ ਨਹੀਂ ਰਿਹਾ, ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਭਾਜੀ। ਆ ਚੀਜ਼ ਹੈਗੀ ਆ, ਆ ਲੋ ਆ ਲੋ, ਇਹ ਸਿੰਪਲ ਪੇਪਰ ਚ ਆ ਗਿਆ ਭਾਜੀ, ਇਹਦਾ ਰੇਟ 480 ਰੁਪਏ। ਸਿਰਫ 480? ਹਾਂਜੀ ਸਿਰਫ 480 ਚ 100 ਪਤੰਗ ਮਿਲ ਰਿਹਾ ਜੀ, ਵਧੀਆ ਕੁਆਲਿਟੀ ਵਧੀਆ ਪੇਪਰ ਦੇ ਵਿੱਚ। ਜਿਹੜਾ ਰੇਟ ਮੈਂ ਦੱਸਦਾ ਤੁਹਾਨੂੰ ਸੈਂਕੜੇ ਦਾ ਰੇਟ ਦੱਸਦਾ ਪਿਆ ਭਾਜੀ, ਉਸ ਤੋਂ ਬਾਅਦ ਜਿਹੜੇ ਦਰਜਨਾਂ ਦੇ ਰੇਟ ਹੁੰਦੇ ਆ ਅਲੱਗ, ਜਿਹੜੇ ਰਿਟੇਲ ਆਉਂਦੇ ਆ ਉਹ ਅਲੱਗ ਰੇਟ ਮਿਲਦੇ ਆ ਭਾਜੀ, ਮਤਲਬ ਰੇਟ ਇੰਨੇ ਵੱਧ ਚੁੱਕੇ ਆ ਭਾਜੀ, ਸਟੋਕ ਨਹੀਂ ਆ ਰਿਹਾ ਭਾਜੀ। ਠੀਕ ਹੈ ਭਾਜੀ, ਸੋ ਜਿੱਦਾਂ ਜਿੱਦਾਂ ਦੇਖੋ ਦਿਨ ਵੱਧ ਰਿਹਾ ਰੇਟ ਵੀ ਉਦਾਂ ਵੱਧਦੇ ਜਾ ਰਹੇ ਆ। ਸੋ ਫਟਾਫਟ ਭਾਈ ਨੂੰ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਤੇ ਆਪਣੇ ਪਤੰਗ ਲੈ ਕੇ ਜਾਓ ਫਟਾਫਟ। ਆਹ ਦੇਖੋ ਭਾਜੀ ਕੀ ਬਾਤ ਹੈ, ਸਾਈਜ਼ ਵੱਡਾ ਆ ਗਿਆ ਭਾਜੀ, ਇਹ ਵੱਡੇ ਸਾਈਜ਼ ਚ ਆ ਗਿਆ ਜੀ ਪਤੰਗ। ਸੋ ਲਓ ਹਲੋ ਸਟਾਰ, ਕੀ ਹਾਲ ਹੈ, ਅਸੀਂ ਦੇਖ ਸਕਦੇ ਆ ਬਹੁਤ ਹੀ ਸੋਹਣੇ ਕਲਰਸ ਦੇ ਨਾਲ, ਪੇਪਰ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਕੁਆਲਿਟੀ ਦਾ ਪੇਪਰ ਲੱਗਿਆ ਬਟਰ ਪੇਪਰ, ਬਹੁਤ ਹੀ ਵਧੀਆ ਪਤੰਗ ਨੇ ਸਾਰੇ। ਆਹ ਦੇਖੋ ਕੀ ਬਾਤ ਹੈ, ਦੇਖੋ। ਸੋ ਭਾਈ ਇਹਨਾਂ ਦੀ ਕੀ ਰੇਂਜ ਆ ਭਾਜੀ? ਇਹ ਫਿਲਹਾਲ ਇਹਦਾ ਰੇਟ ਹੈਗਾ 650 ਰੁਪਏ। 650 ਰੁਪਏ, 650 ਦਾ 100 ਹੈ ਭਾਜੀ, ਇਹ ਚ ਪਲੇਨ ਵੀ ਮਿਲ ਜਾਏਗਾ। ਆ ਲੋ ਕੀ ਬਾਤ ਹੈ, ਇਕੱਲਾ ਪਲੇਨ, ਆ ਲੋ
देखो भाजी 650 रुपए कलर इच 5-6 कलर आंदे आ ब्लैक मिल जाएगा ग्रीन येलो ओरेंज अपने रेट सारे वध जाने आ। सो जल्दी तो जल्दी भाजी नूं कॉन्टैक्ट करो ते जिहड़े रेट तुसीं हुण तुहानूं दस रहे हां 25 दिसंबर तक ने। सिद्धू मूसे वाला क्या बात है जी अमर रहे रेट है भाई 700 रुपए 100। अच्छा ये 700 से 100 लो जी 700 रुपए 100 मिले भाई जी वैसे रिटेल च अपा दिने हैं 100 रुपए दर्जन 100 रुपए दर्जन 8.5 रुपए का हो गया भाजी रिटेल दे विच रिटेल च तुहानूं थोड़ा जिहा महंगा पएगा बट तुसी अपा यही रेफर करांगे कि तुसी सीधा आ गए होलसेल दे विच इन्हां तों पतंग चक्को। बहुत ही घट रेंज दे विच तुहानूं इस मार्केट च पतंग मिल रहे भाजी को अमित काइट शॉप नाम याद कर लो एक वारी। इस तों अलावा उस तों बाद जयपुरी लो जी जयपुरी पतंग आ गए ने। क्या बात है जी क्या बात है पतंगा दे कलर ही बड़े घेंट ने जी रंग बिरंगे ने सारी। लो जी अपनी लोहड़ी नु वधिया बनाओ ते रंग तुसी देख सकदे हो किन्ने घेंट घेंट ने सारी। क्या बात है जी लो जी ये सारा मतलब कि आपां नु देख के पता लग रहा कई पतंग हुण कई जिहड़े डीलर ने अपने जयपुरी। क्या बात है सो असीं कई कई जणिआं तों लैंदे आपां नु इक शिकायत हुंदी कि पतंग सलाबे हुंदे सलाबे तां हुंदे आ क्योंकि कई वारी दुकानदार पुराना माल दे दिंदे ने। भाजी को तुसी इस चीज की गरंटी लै सकदे हो सारा माल ही नवा आ तुसी आप आके चेक कर सकदे हो बहुत ही वधिया क्वालिटी दे विच आपां नूं मिल रहे आ। लो जी होर भाजी कोई माल पुराना नहीं होएगा सारा न्यू माल है भाजी स्टॉक नहीं आ रहे इस टाइम सारा न्यू माल मिलेगा। सो लो जी इस टाइम तां वैसे ही सीजन है कोई गुंजाइश नहीं कि पुराना माल होवे नवा ही स्टॉक आ रहा नवा ही स्टॉक जा रहा है। सो फटाफट नीचे ते नंबर दे भाई नाल कांटेक्ट करो आ गए इन्हां तों। हेलो भाई पतंग लो जंबू करा भाई। क्या बात है जी हेलो भूतिया इनू भूतिया कहंदे भाजी है ना। हां जी हां जी क्या बात है। लो जी भूतिया इनू लंबू पूरा कहंदे भाजी लंबू पूरा। क्या बात लंबू परा लंबू परा। अच्छा क्या बात है सानू इन्हें भाई नाम नहीं पता चलो कोई गल नहीं फिर भी बटा बधाए सारे ही असि भी पतंग। हां देखो भाजी बहुत ही वधिया क्वालिटी दे विच जी लो हेलो। क्या बात है एदा भाई अपा प्राइस दी गल करदे आ की है एदा रेट हैगा 750 एदा शुरू तो लेके एंड तक घट रेंज दे विच दे रहे हो भाई शुरू तो लेके एंड तक भाई 750। क्या बात है जी 750 बहुत स्टॉक पे है। क्या बात है हां जी बहुत ही वधिया मतलब की भाजी लोकी 150 रुपए दर्जन बेच रहे है। बिल्कुल जी बिल्कुल असि 750 रुपए 100 लवांगे भाजी। सो लो जी फटाफट भाई नु कांटेक्ट कर लो बार बार कह रहे हैं रेट 1 जनवरी तक यही ने उसके बाद वध जाने जिदा जिदा लोहड़ी का दिन ने। देखो भाई चांद तारा लो जी चांद तारा एदा भाई सेम ही है सेम 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 750 रुपए लो जी 750। इस तों बाद भाजी होर इस तों बाद भाजी आ जाओ आलू दिखा दो जी आ दिखाओ भाई। सो लो जी अपने को पेपर बटर दे विच आ बटर आ बटर पेपर आ भाई बहुत डिमांड है एदी स्पाइडरमैन आ गया देखो भाई स्पाइडरमैन आ गया जी। लो जी स्पाइडरमैन वाले पतंग भाई एदी अपन रेंज दी गल करिए आ देखो भाई चांद तारा एदी रेंज है भाई होलसेल रेट हैगा भाई एदा 1500 रुपए 100 1500 च 100 ते रिटेल रेट है भाई एदा 200 रुपए दर्जन 240 रुपए दर्जन रिटेल। सो लो जी जिथे तक आपां नूं पता लग रिहा कि आपां नूं जे सैकड़े दे हिसाब नाल लैने आ ताही सानू वधिया रेट दे विच पतंग मिलणगे। सो मेरी यही गुजारिश है कि ज्यादा तो ज्यादा पतंग इन्हां कोल लैके जाओ होर आ देखो भाजी इधर आओ हेलो हेलो आ देखो भाजी। क्या बात है जी डिजाइन भाजी एक तो एक मिलेगा अपने को हेलो ए मटेरियल ओही है भाई जेड़ा वो पतंग नहीं नहीं भाजी कागज दा फर्क है भाजी। अच्छा कागज दा फर्क है हां जी हेलो। क्या बात है जी कलर देख सकदे कलर दे विच काफी वैरायटी पई हुई है भाजी को होर भाजी केड़े-केड़े अपने को पतंग
उस तो बाद आ जाओ भाई हेलो लो जी आ देखो भूत आ गया भूती आ गया छज हां जी छज आ गया भाई दिल आ गया क्या बात है एदी ए भाई किस रेंज दे विच ने भाई रेट मैं दसदा तुसी पहला वैरायटी दिखाओ दिखाओ जी दिखाओ आ देखो भाई ताडी मुकनी नहीं भाई इंदी वैरायटी रखी है आ देखो भाई कनाडा आ गया एदा रेट भाई सारा होलसेल रेट 1400 रुपए 100 है भाई 1400 रुपए 100 रिटेल रेट 20 रुपए क्या बात है हां जी 1400 रुपए 100 भाई ठीक है जी और भाई भाई ऊपर आ गया आ देखो रेट है 20 रुपए ओनली 20 रुपए रेट 20 रुपए ओनली 20 रुपए पतंग का क्या बात है चाहे होलसेल हो चाहे रिटेल हो भाजी अपने को स्टॉक बहुत पिया रेट है 20 रुपए ब्लैक कलर मंगदे आ भाजी असि ब्लैक च बनवाया गोल्डन पेपर लवा के भाजी ਇਹਦਾ ਰੇਟ ਹੈਗਾ 3000 ਤਿੰਨ ਵਾਰੀ ਦੁਕਾਨ ਭਰ ਚੁੱਕੇ ਆ ਭਾਜੀ ਆਪਣੀ ਇੰਨੀਆਂ ਵੀਡੀਓ ਬਣ ਗਈਆਂ ਭਾਜੀ ਬਹੁਤ ਬਿਲਕੁਲ ਜੀ ਬਿਲਕੁਲ ਮਤਲਬ ਭਾਈ ਦਾ ਪਹਿਲੀ ਆਲਰੇਡੀ ਬਹੁਤ ਨਾਮ ਆ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਵੀਡੀਓ ਦੇ ਵਿੱਚ ਵੀ ਭਾਈ ਦੱਸ ਰਹੇ ਨੇ ਜਿੱਦਾਂ ਆਹ ਦਿਖਾ ਦੋ ਭਾਈ ਕੈਨੇਡਾ ਲਿਆਓ ਜੀ ਆਹ ਦੇਖੋ ਭਾਈ ਕੈਨੇਡਾ ਲਓ ਜੀ ਕੈਨੇਡਾ ਲਵਰਸ ਲਈ ਬਲੈਕ ਆ ਗਿਆ ਪਰਪਲ ਆ ਗਿਆ ਰੈੱਡ ਆ ਗਿਆ ਲਓ ਜੀ ਕੈਨੇਡਾ ਦਾ ਪੂਰਾ ਝੰਡਾ ਹੀ ਆ ਬਿਲਕੁਲ ਪਤੰਗ ਦੇ ਉੱਤੇ ਕੀ ਬਾਤ ਆ ਭਾਈ ਇਹ ਕਿਸ ਰੇਂਜ ਚ ਭਾਜੀ ਇਹਦਾ ਰੇਟ ਹੈਗਾ 2400 ਰੁਪਏ 100 ਭਾਜੀ 2400 ਤੇ 100 ਸੋ ਭਾਜੀ ਆਪਾਂ ਤੁੱਕਲ ਦੇਖ ਰਹੇ ਤੁੱਕਲ ਦਾ ਕੀ ਰੇਟ ਆ ਆਪਣੇ ਕੋਲ ਤੁੱਕਲ ਭਾਜੀ ਆਪਣੇ ਕੋਲ ਅਲੱਗ ਅਲੱਗ ਰੇਟ ਵੀ ਆ ਭਾਜੀ ਆਹ ਵਾਲੀ ਹੈ ਜੀ 60 ਰੁਪਏ ਦੀ ਅੱਛਾ ਇਹ 60 ਰੁਪਏ ਦੀ ਇੱਕ ਹਾਂਜੀ ਕੀ ਬਾਤ ਹੈ ਉਸ ਤੋਂ ਬਾਅਦ ਭਾਜੀ ਆ ਲੋ ਮੂਸੇ ਵਾਲਾ ਭਾਜੀ ਮੂਸੇ ਵਾਲੇ ਦੀ ਤੁੱਕਲ ਵੀ ਆ ਗਈ ਹੈ ਜੀ ਕੀ ਬਾਤ ਹੈ ਹਾਂਜੀ ਆ ਦੇਖੋ ਮੂਸੇ ਵਾਲਾ ਆ ਗਿਆ ਭੂਤ ਆ ਗਿਆ ਭਾਜੀ ਆ ਲੋ ਸ਼ੇਰ ਵੀ ਆ ਗਿਆ ਭਾਜੀ ਲਓ ਜੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਕੁਆਲਿਟੀ ਇਹਦਾ ਰੇਟ ਦੇ ਵਿੱਚ ਇਹਦਾ ਰੇਟ ਹੈਗਾ 50 ਰੁਪਏ ਭਾਜੀ ਅੱਛਾ ਇਹ 50 ਰੁਪਏ ਆ ਕੀ ਬਾਤ ਹੈ ਇਹ ਉਹਦੇ ਨਾਲੋਂ ਘੱਟ ਆ ਕੀ ਬਾਤ ਹੈ ਲਓ ਲਓ ਜੀ ਆਪਣੇ ਕੋਲ ਵੈਰਾਈਟੀ ਦੀ ਗੱਲ ਕਰੀਏ ਬਹੁਤ ਹੀ ਕਲਰਸ ਦੇ ਵਿੱਚ ਬਹੁਤ ਹੀ ਵਧੀਆ ਵੈਰਾਈਟੀ ਆ ਜੀ ਆਪਣੇ ਉੱਪਰ ਇੱਥੇ ਵੀ ਆ ਭਾਜੀ ਅਭੀ ਪਤੰਗ ਮਿਲ ਜਾਏਗਾ ਇਹਦਾ ਰੇਟ ਹੈਗਾ 2200 ਰੁਪਏ 100 ਅੱਛਾ 2200 ਦੇ ਵਿੱਚ 100 ਹਾਂਜੀ 2200 ਰੁਪਏ ਮਤਲਬ 22 ਰੁਪਏ ਦਾ ਪਤੰਗ ਪੈ ਰਿਹਾ 22 ਰੁਪਏ ਦਾ ਪਏਗਾ ਭਾਜੀ ਤੇ ਟੇ ਰੇਟ ਹੈਗਾ 30 ਰੁਪਏ ਦਾ ਰਿਟੇਲ ਚ 30 ਰੁਪਏ ਦਾ ਹਾਂਜੀ ਕੀ ਬਾਤ ਹੈ ਸਿੱਧਾ 8 ਰੁਪਏ ਦਾ ਫਰਕ ਹਾਂਜੀ ਭਾਜੀ ਆ ਲੋ ਕੀ ਬਾਤ ਹੈ ਉਸ ਤੋਂ ਬਾਅਦ ਭਾਜੀ ਆ ਲੋ ਲਿਆਓ ਜੀ ਕਿਹੜਾ ਹੋਰ ਕਿਹੜਾ ਆ ਸਭ ਤੋਂ ਫੈਂਸੀ ਆਈ ਲਵ ਯੂ ਮੋਟੋ ਹਾਏ ਆਈ ਲਵ ਯੂ ਮੋਟੋ ਹਲੋ ਭਾਜੀ ਕੀ ਬਾਤ ਹੈ ਸੋ ਅਸੀਂ ਦੇਖ ਸਕਦੇ ਹਾਂ ਬਹੁਤ ਹੀ ਵਧੀਆ ਵਰਡਿੰਗ ਦੇ ਵਿੱਚ ਜੀ ਪਤੰਗ ਮਿਲਿਆ ਆਪਾਂ ਨੂੰ ਭਾਜੀ ਇਹਦਾ ਕੀ ਪ੍ਰਾਈਸ ਹੈ ਪ੍ਰਾਈਸ ਭਾਜੀ ਦੱਸਦਾ ਮੈਂ ਪਹਿਲਾ ਡਿਜ਼ਾਈਨ ਦੇਖੋ ਭਾਜੀ ਕੀ ਬਾਤ ਹੈ ਕਲਰ ਵੀ ਅਲੱਗ ਅਲੱਗ ਆਈ ਲਵ ਯੂ ਮੋਟੋ ਚ ਇਹ ਆ ਲਵ ਯੂ ਕਲਾ ਆਈ ਲਵ ਯੂ ਲਿਖਿਆ ਜੀ ਇੱਥੇ ਹਲੋ ਉਸ ਤੋਂ ਬਾਅਦ ਇਹ ਵੀ ਆ ਜਾਂਦਾ ਨਾਲ ਹੀ ਸੋ ਲਓ ਜੀ ਆਈ ਹੇਟ ਯੂ ਵੀ ਆ ਗਿਆ ਨਾਲ ਹੀ ਆਈ ਲਵ ਯੂ ਜਿਹਨੂੰ ਆਈ ਲਵ ਯੂ ਕਹਿਣਾ ਲਵ ਯੂ ਕਹਿ ਦੋ ਜਿਹਨੂੰ ਹੇਟ ਯੂ ਕਹਿਣਾ ਹੇਟ ਯੂ ਕਹਿ ਦੋ ਹਲੋ ਕੀ ਬਾਤ ਹੈ ਜੀ ਉਸ ਤੋਂ ਬਾਅਦ ਭਾਜੀ ਆ ਲੋ ਹੁਣ ਕਿਹੜਾ ਆ ਗਿਆ ਨਾਲ ਹੀ ਵੈਲਕਮ ਆ ਗਿਆ ਲੋ ਜੀ ਵੈਲਕਮ ਆ ਗਿਆ ਜੀ ਇਹ ਨਵੇਂ ਸਾਲ ਦਾ ਵੈਲਕਮ ਤੁਸੀਂ ਇਸ ਪਤੰਗ ਨਾਲ ਕਰੋ ਜੀ ਸਾਰੇ ਜਣੇ ਇਹਦੇ ਵਿੱਚ ਮਿਲੇਗਾ ਆਈ ਲਵ ਯੂ ਆਈ ਲਵ ਬੇਬੇ ਬਾਪੂ ਉਹ ਵੀ ਮਿਲ ਜਾਏਗਾ ਭਾਜੀ ਸੋ ਪਤੰਗ ਮਤਲਬ ਕਿ ਸਾਰੇ ਤੁਹਾਡੇ ਕੋਲ ਵੈਰਾਈਟੀ ਸਾਰੀ ਪਈ ਹੋਈ ਹੈ ਬਹੁਤ ਅਵੇਲੇਬਲ ਹੈ ਭਾਜੀ ਇਸ ਟਾਈਮ ਬਹੁਤ ਜ਼ਿਆਦਾ ਵੈਰਾਈਟੀ ਹੈ 1 ਤਰੀਕ ਤੋਂ ਬਾਅਦ ਭਾਜੀ ਵੈਰਾਈਟੀ ਸ਼ੋਰਟ ਹੁੰਦੀ ਜਾਏਗੀ ਇਹ ਚ ਤੁਹਾਨੂੰ ਪਤੰਗ ਦੇ ਵਿੱਚ ਇਸ ਸੈਟ ਚ ਭਾਜੀ ਤੁਹਾਨੂੰ ਕੈਨੇਡਾ ਵਾਲਾ ਵੀ ਮਿਲ ਜਾਏਗਾ ਸੋ ਲੋ ਜੀ ਇਸ ਸੈਟ ਚ ਕੈਨੇਡਾ ਵਾਲਾ ਵੀ ਮਿਲ ਜਾਏਗਾ ਭਾਜੀ ਠੀਕ ਹੈ ਜੀ ਹਾਂਜੀ ਲੋ ਭਾਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਮਤਲਬ ਜਿਹੜੇ ਸਾਡੀ ਵੀਡੀਓ ਦੇਖ ਕੇ ਤੁਹਾਡੇ ਕੋਲ ਆਣਗੇ ਉਹਨਾਂ ਲਈ ਕੀ ਡਿਸਕਾਊਂਟ ਆ ਭਾਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਮੈਂ ਪਹਿਲੇ ਹੀ ਕਹਿਤਾ 25 ਦਸੰਬਰ ਤੱਕ ਰੇਟ ਆ ਬਟ ਤੁਹਾਨੂੰ ਇਹਨਾਂ ਦੀ ਵੀਡੀਓ ਦੇਖ ਕੇ ਆਏਗਾ 1 ਜਨਵਰੀ ਤੱਕ ਇਹੀ ਰੇਟ ਲੱਗੇਗਾ ਜੋ ਹੋਲਸੇਲ ਰੇਟ ਹੈ ਭਾਜੀ ਚਲੋ ਜੀ 1 ਜਨਵਰੀ ਤੱਕ ਫਟਾਫਟ ਕੰਟੈਕਟ ਕਰੋ ਭਾਈ ਨੂੰ ਜਰੂਰ ਵਿਜ਼ਿਟ ਕਰੋ ਤੇ ਭਾਜੀ ਮਤਲਬ ਕਿ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਬੋਲ ਦਿਓ ਸਾਰਾ ਮੋਬਾਈਲ ਨੰਬਰ ਆ ਭਾਜੀ 9000765948 98 8876594 ਅਮਿਤ ਕਾਈਟ ਸਟੋਰ ਬੰਟੀ ਕਰਿਆਨੇ ਦੇ ਬਿਲਕੁਲ ਸਾਹਮਣੇ ਆ ਭਾਜੀ ਮੋੜ ਮੁਰਦੇ ਦੂਜੀ ਦੁਕਾਨ ਭਾਜੀ ਸੋ ਲੋ ਜੀ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆ ਇੱਥੇ ਹੀ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕੀਤੇ ਬਿਨਾ ਨਹੀਂ ਜਾਣਾ ਸੋ ਲਵ ਯੂ ਆਲ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋਹੜੀ ਤੱਕ ਪਹੁੰਚ ਜਾਵੇ ਸਾਰਿਆਂ ਕੋ